ਸਮਨ ਜੈਮ ਸੀ ਦੀ ਜੈਮ ਸੀ ਦੀ ਜੈਮ ਸੀ ਦੀ ਜੈਮ ਸੀ ਦੀ ਜੀ ਸਰ ਗੁਰਦਕਵਾਲ ਜੀ ਆਪਾਂ ਹਾਲੇਲੂਯਾ ਬਾਈਬਲ ਸਟੱਡੀ ਸ਼ੁਰੂ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਪਰਮੇਸ਼ੁਰ ਦਾ ਸ਼ੁਕਰ ਕਰਦੇ ਹਾਂ ਸਮੇਂ ਦੇ ਲਈ ਜੋ ਸਾਨੂੰ ਦਿੱਤਾ ਤਿਆਰ ਕਰਦਾ ਹੈ ਆਮੇਨ ਔਰ ਆਪਾਂ ਬਾਈਬਲ ਸਟੱਡੀ ਪਵਿੱਤਰ ਆਤਮਾ 'ਤੇ ਕਰਾਂਗੇ ਅੱਜ ਵੀ ਕੁਛ ਸਵਾਲ ਹਨ ਜੀ ਉਸ ਤੋਂ ਪਹਿਲਾਂ ਆਪਾਂ ਕੁਛ ਆਇਤਾਂ ਭਜਨ ਸਾਮ ਜਗੂਰ ਦੇ ਵਿੱਚੋਂ ਪੜ੍ਹਦੇ ਹਾਂ ਜੀ ਅੱਛਾ ਜੀ ਅੱਜ ਆਪਾਂ ਪੜ੍ਹਾਂਗੇ ਸੌ ਜਗੂਰ ਹਾਂਜੀ ਨਿਕਲਿਆ ਗਿਆ ਨਿਕਲਿਆ ਚਲੋ ਵਧੀਆ ਜੀ ਅੱਛਾ ਜੀ ਉਸਦੇ ਵਿੱਚ ਲਿਖਿਆ ਹੈ ਜੀ ਉੱਤੇ ਉਹਦਾ ਉੱਪਰ ਹੈਡਿੰਗ ਹੈ ਉਸਤਤ ਅਤੇ ਧੰਨਵਾਦ ਉਸਤਤ ਧੰਨਵਾਦ ਦਾ ਭਜਨ ਸ਼ੁਕਰਗੁਜ਼ਾਰੀ ਦਾ ਸ਼ੁਕਰਗੁਜ਼ਾਰ ਹਾਂਜੀ ਇੱਥੇ ਲਿਖਿਆ ਹੈਗਾ ਇਹ ਸਾਰੀ ਧਰਤੀ ਦਿਓ ਯਹੋਵਾ ਲਈ ਲਲਕਾਰੋ ਆਮੇਨ ਆਨੰਦ ਹੋ ਕੇ ਯਹੋਵਾ ਦੀ ਉਸਤਤ ਕਰੋ ਜੈ ਜੈਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿੱਚ ਆਓ ਹਾਲੇਲੂਯਾ ਜਾਣ ਰੱਖੋ ਕਿ ਯਹੋਵਾ ਹੀ ਪਰਮੇਸ਼ਰ ਹੈ ਕਿਆ ਬਾਤ ਉਸਨੇ ਸਾਨੂੰ ਸਾਜਿਆ ਅਤੇ ਅਸੀਂ ਉਸਦੇ ਹਾਂ ਅਸੀਂ ਉਸਦੀ ਪਰਜਾ ਅਤੇ ਉਸਦੀ ਯੂ ਦੀਆਂ ਭੇਡਾਂ ਹਾਂ ਧੰਨਵਾਦ ਕਰਦੇ ਹੋਏ ਉਹਦੇ ਫਾਟਕਾਂ ਦੇ ਅੰਦਰ ਅਤੇ ਉਸਤਤ ਕਰਦੇ ਹੋਏ ਉਸਦੇ ਦਰਬਾਰ ਵਿੱਚ ਆਓ ਹਾਲੇਲੂਯਾ ਉਹਦਾ ਧੰਨਵਾਦ ਕਰੋ ਅਤੇ ਉਹਦੇ ਨਾਮ ਨੂੰ ਮੁਬਾਰਕ ਆਖੋ ਯਹੋਵਾ ਤਾਂ ਭਲਾ ਹੈ ਉਹਦੀ ਦਇਆ ਸਦੀਪਕ ਹੈ ਅਤੇ ਉਹਦੀ ਵਫਾਦਾਰੀ ਪੀੜੀਓ ਤੱਕ ਹੈ ਪਰਮੇਸ਼ਰ ਪਿਤਾ ਆਪ ਦੀ ਭਲਿਆਈ ਆਪ ਦੀ ਵਫਾਦਾਰੀ ਆਪ ਦੀ ਚੰਗਿਆਈ ਆਪ ਦੀ ਦਇਆ ਰਹਿਮ ਕਿਰਪਾ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਆਪ ਮਹਾਨ ਪਰਮੇਸ਼ਰ ਹੋ ਸਰਬ ਸ਼ਕਤੀਮਾਨ ਹੋ ਆਪਨੇ ਸਾਡੇ 'ਤੇ ਦਇਆ ਕੀਤੀ ਸਾਨੂੰ ਚੁਣਿਆ ਸਾਨੂੰ ਪਾਪਾਂ ਤੋਂ ਧੋ ਕੇ ਸਾਫ਼ ਕੀਤਾ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਨਾਲ ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ ਆਪ ਦੀ ਜਿੰਨੀ ਵੀ ਤਾਰੀਫ ਵਡਿਆਈ ਕੀਤੀ ਜਾਵੇ ਥੋੜ੍ਹੀ ਹੈ ਪਰਮੇਸ਼ਰ ਪਿਤਾ ਆਪ ਇਸਦੇ ਯੋਗ ਹੋ ਆਪ ਇਸਦੇ ਕਾਬਲ ਹੋ ਪਰਮੇਸ਼ਰ ਪਿਤਾ ਸਿਰਫ ਅਤੇ ਸਿਰਫ ਆਪ ਪਰਮੇਸ਼ਰ ਪਿਤਾ ਆਪਨੇ ਸਾਨੂੰ ਬਣਾਇਆ ਅਸੀਂ ਆਪ ਦਾ ਸ਼ੁਕਰ ਕਰਦੇ ਹਾਂ ਔਰ ਇਸ ਸਮੇਂ ਦਾ ਸ਼ੁਕਰ ਕਰਦੇ ਹਾਂ ਜੋ ਸਾਨੂੰ ਆਪ ਬਖਸ਼ਦੇ ਹੋ ਹਰ ਹਫ਼ਤੇ ਕਿ ਅਸੀਂ ਇਕੱਠੇ ਹੋ ਕੇ ਬਾਈਬਲ ਸਟੱਡੀ ਕਰ ਸਕੀਏ ਪਰਮੇਸ਼ਰ ਪਿਤਾ ਭਰਾ ਬ੍ਰਦਰ ਇਕਬਾਲ ਜੀ ਦਾ ਸ਼ੁਕਰ ਕਰਦੇ ਹਾਂ ਇਹਨਾਂ ਦੇ ਜੀਵਨ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਇਹਨਾਂ ਦੇ ਪਰਿਵਾਰ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਜੋ ਵੀ ਬਾਈਬਲ ਸਟੱਡੀ ਜੋ ਵੀ ਕੀਤੀ ਜਾਵੇ ਜੋ ਵੀ ਆਪ ਦੇ ਬੱਚਨ ਵਿੱਚੋਂ ਪੜ੍ਹਿਆ ਜਾਵੇ ਸਿੱਖਿਆ ਜਾਵੇ ਪਰਮੇਸ਼ਰ ਪਿਤਾ ਉਹ ਆਪ ਵੱਲੋਂ ਹੋਵੇ ਅਸੀਂ ਬਾਈਬਲ ਦੇ ਵਚਨਾਂ ਦਾ ਗਲਤ ਮਤਲਬ ਕੱਢ ਕੇ ਗਲਤ ਨਾ ਦੱਸ ਸਕੀਏ ਪਰਮੇਸ਼ਰ ਪਿਤਾ ਆਪ ਦਾ ਵਚਨ ਸੱਚਾ ਜਿੰਦਾ ਜਾਗਦਾ ਵਚਨ ਹੈ ਅਸੀਂ ਇਸ ਤੋਂ ਸਹੀ ਸੇਧ ਲੈ ਸਕੀਏ ਪਰਮੇਸ਼ਰ ਪਿਤਾ ਜਿਸ ਮਕਸਦ ਲਈ ਜਿਸ ਭਾਵਨਾ ਦੇ ਨਾਲ ਆਪਨੇ ਜੋ ਵਚਨ ਲਿਖਿਆ ਹੈ ਪਵਿੱਤਰ ਆਤਮਾ ਦੁਆਰਾ ਪਵਿੱਤਰ ਆਤਮਾ ਸਾਨੂੰ ਉਸੇ ਤਰ੍ਹਾਂ ਹੀ ਗਾਈਡ ਕਰੇ ਪਵਿੱਤਰ ਆਤਮਾ ਜੀ ਇਹ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵੀ ਦਿੰਦੇ ਹਾਂ ਪਵਿੱਤਰ ਆਤਮਾ ਜੀ ਸਾਨੂੰ ਆਪ ਦੀ ਜ਼ਰੂਰਤ ਹੈ ਆਪ ਦੀ ਗਾਈਡੈਂਸ ਦੀ ਜ਼ਰੂਰਤ ਹੈ ਆਪ ਇਹ ਪ੍ਰਕਾਸ਼ ਇਹ ਸਮਝ ਸਾਨੂੰ ਦਿਓ ਕਿ ਅਸੀਂ ਜੋ ਵੀ ਬਾਈਬਲ ਸਟੱਡੀ ਕਰਨੀ ਹੈ ਉਹ ਆਪ ਵੱਲੋਂ ਹੋਵੇ ਜੋ ਕੁਛ ਵੀ ਬੋਲਿਆ ਜਾਵੇ ਸੁਣਿਆ ਜਾਵੇ ਸਮਝਿਆ ਜਾਵੇ ਉਹ ਆਪ ਵੱਲੋਂ ਹੋਵੇ ਸਾਡੇ ਨਾਲ ਗੱਲਬਾਤ ਕਰੋ ਆਪਣੇ ਵਚਨ ਦੁਆਰਾ ਪਵਿੱਤਰ ਆਤਮਾ ਦੇ ਜ਼ਰੀਏ ਪਰਮੇਸ਼ਰ ਪਿਤਾ ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਖਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਵੇ ਹਾਲੇਲੂਯਾ ਜੀ ਸਰ ਹਾਂਜੀ ਆਪਣਾ ਜੀ ਅਗਲਾ ਜੋ ਹੈ ਪਵਿੱਤਰ ਆਤਮਾ ਦੇ ਬਾਰੇ ਜੀ ਉਹਦੇ ਬਾਰੇ ਸਵਾਲ ਹੈ ਉਹ ਉਹਦੇ ਵਿੱਚ ਹੈਗਾ ਜੀ ਕੀ ਇੱਕ ਵਿਸ਼ਵਾਸੀ ਪਵਿੱਤਰ ਆਤਮਾ ਨੂੰ ਮਹਿਸੂਸ ਵੀ ਕਰ ਸਕਦਾ ਹੈ ਅੱਛਾ ਪਵਿੱਤਰ ਆਤਮਾ ਪਰਮੇਸ਼ਰ ਦਾ ਆਤਮਾ ਹੈ ਹਾਂਜੀ ਇੱਕ ਇਹ ਵੀ ਸਵਾਲ ਆਇਆ ਹੈ ਕਿ ਇਸ ਨੂੰ ਅਸੀਂ ਮਹਿਸੂਸ ਵੀ ਕਰ ਸਕਦੇ ਹਾਂ ਹਾਲੇਲੂਯਾ ਯਾਨੀ ਪਾਕ ਰੂਪ ਪਵਿੱਤਰ ਆਤਮਾ ਨੂੰ ਹਾਂਜੀ ਅਸੀਂ ਮਹਿਸੂਸ ਕਰ ਸਕਦੇ ਹਾਂ ਹਾਂ ਮਹਿਸੂਸ ਕਰ ਸਕਦੇ ਹਾਂ ਜਾਂ ਨਹੀਂ ਪਰ ਮੈਂ ਇਹਦੇ ਵਿੱਚ ਇਹ ਵੀ ਕਰ ਦੂੰਗਾ ਕਿ ਅਸੀਂ ਹਰ ਸਮੇਂ ਮਹਿਸੂਸ ਕਰ ਸਕਦੇ ਹਾਂ ਜਾਂ ਕਦੇ ਕਦੇ ਮਹਿਸੂਸ ਕਰ ਸਕਦੇ ਹਾਂ ਹਾਂਜੀ ਹਾਲੇਲੂਯਾ ਪ੍ਰੇਜ਼ ਦ ਲਾਰਡ ਹਾਂਜੀ ਜੈ ਮਸੀਹ ਦੀ ਜੈ ਮਸੀਹ ਦੀ ਹਾਂਜੀ ਹਾਲੇਲੂਯਾ
चंद एक बाइबल दिया गलां विचों असी देखांगे जी कि असी पवित्र आत्मा नू किस तरह महसूस कर सकते हैं। ठीक है, ते गल विश्वासियां दी हो रही है, बिलीवर्स दी। गल यह है कि प्रभु यीशु ने कहा कि जदों पवित्र आत्मा आएगा वो तुहाडे नाल ते तुहाडे अंदर होएगा। ठीक है जी, ये तो पक्की गल है, हर विश्वासी दे अंदर होंदा है। ते वो गुनाह दे बारे च जिस तरह प्रभु यीशु मसीह ने बयान किया कि जदों पवित्र आत्मा आएगा तीन गल्लां लई तुहानूं मुजरम ठहराएगा, है ना, गुनाह दे बारे च, धार्मिकता या रास्तबाजी दे बारे च, ते फिर के भई न्याय होना है। सो ये जदों पवित्र आत्मा बंदे दे अंदर वास करता है ना, रोमियो आठ दी नौ कि तुसी हुण शरीरिक नहीं बल्कि आत्मक हो, रूहानी हो, बशर्ते कि परमेश्वर दा रूह तुहाडे अंदर वास करता है, जिहदे च परमेश्वर दा परमात्मा नहीं ओदा मसीह दा नहीं। ओके, सो गुनाह दे बारे च गुनाह दा एहसास दिलांदा रहिंदा है। जदों असी प्रभु यीशु च भी आ जाने हैं, फिर भी जदों असी ट्रैक तो हटने हैं तो सानू अंदरों मतलब फील होंदा कि ओह कुछ हो रहा है ना, क्योंकि वो साडा गाइड है, मददगार है। दूजा फिर वो तसली भी देंदा रहिंदा है सानू, जदों असी उन्हों अपने आप नूं उहदे अधीन कर देने हैं, तसली देंदा है। फिर उहदा एहसास सानू उदों भी हो जांदा है जदों पवित्र आत्मा दा बपतिस्मा यीशु देंदा है। सो हुण बाइबल दे विच सवाल बड़ा अच्छा है कि किधरे ये नहीं लिखिया कि जिहड़े साडे एहसासात, जज्बात, इमोशनलिज्म जिहड़ा है या ओ इस उत्ते असी बेस्ड नहीं कर सकते कि क्योंकि संत यूहन्ना उहदी 14:16-17 दे विच खुदावंद यीशु मसीह ने कहा सी कि मैं पिता कोल जाना ते दूसरा मददगार है ना घलना, ते दुनिया उन्हों नहीं जानती ना वेंदी है, है? हाँ जी, तुसीं जानदे तो उन्हों वेंदे हो। मीनस के प्रभु यीशु मसीह कह रहे हैं जी जी मैं पहला मददगार हैं जी पाक रूह खुदावंद होएगा। सो असल च एक नहीं बेस कर सकते कि साढ़े इमोशंस दे नाल ही या जज्बात एहसासात जज्बात नाल के उहदा इजहार असी बेस नहीं कर सकते। हाँ, बाज़कात असी महसूस करने हैं अपने जज्बात दे नाल, इमोशंस दे नाल, ते असी उहदा इजहार भी करने हैं, लेकिन यह कोई पत्थर उत्ते लीक नहीं। समटाइम्स असी इमोशनली भी हो जाने है ना। सो हुण कहण दी गल ये है कि पाक रूह उन्नी देर सानू अपना एहसास दवांदा है या सानू महसूस होंदा है जिन्नी देर तक असी उहदे आज्ञाकारी चलने हैं। मतलब कि जी सवाल है कि असी पवित्र आत्मा नू महसूस कर सकते हाँ? हाँ हाँ, महसूस होंदा है, होंदा है, पर जरूरी नहीं हर समय, जरूरी नहीं। हाँ, या अगर ये कह लिए कि जी इमोशनली ही सानू होंदा भी है, लेकिन हर दफा असी ये नहीं इस चीज ते बेस कर सकते कि मतलब असी महसूस करने। ठीक है, दूसरा है, ओके जी, महसूस कर सकते हैं। दूसरा हैगा जदों असी कहने महसूस कर सकते हैं, जी जी, वो किस तरह महसूस करते हैं जदों असी इमोशनली भावुक हो जाने हैं, रोन लग पैंदे हैं, जां कुछ फीलिंग्स दे नाल, इमोशंस दे नाल फील होंदा, जां किस तरह फील होंदा? देखो ना, हुण खुदा ने सवाल कीता उहदा, हां जी, देखो हुण खुदा ने सानूं हर बंदे नूं चाहे वो कोई भी मनुख जड़ा है उन्हों ए 5 senses ते दितियां ने ना, वेखना,
सुनना ए सुंगना चखना सुनना है जी छूना ये वसीले नाल उदा इजहार तो हो सकता है। असी रो पैने असी खुशी नाल नारे भी मार देने ठीक है। हुण इमोशनली अगर देखा जाए तो ये भी एक इजहार सी जदों दूसरा सैमुअल छठे चैप्टर दे विच जाइए ते उदी पूरा चैप्टर पढ़िए ना जदों है जिहड़ा आर्क ऑफ कवनेंट है अहद दा संदूक है उन्हूं की कह लोगे नेम दा संदूक वो जदों लै के डेविड अपने शहर च आया यरूशलम च ते असी वेखने कि वो भी नच रहा सी। एस देखो ना ये एक सिस्टम नाल असी उदा इजहार करने आ जिहड़ा कि लोगों नूं नज़र आंदा महसूस करने आ दुनिया भी महसूस करती है ना जदों उहदे गिफ्ट ऑपरेट होंदे ने ते उहनूं देख ते नहीं सकदे लेकिन उहदा ज़हूर इन्हां चीज़ां नाल भी होंदा। सो जरूरी नहीं कि सारयां लई ये सिस्टम होए। फर्ज कीता कि हजूरी है खुदा दी हजूरी जिथे आती है उथे पाखरू दा मसा होंदा है ठीक है। और लोग लई डिफरेंट डिफरेंट कोई रो रहा होंदा कोई हस भी रहा होंदा है, है? कोई नारे मार रहा होंदा है। सो ये इजहार इस तरीके नाल होंदा है लेकिन समटाइम्स वो अंदर ही डिफरेंट तरीके वो असीमत जरा गॉड हैगा उदे असीमत ही काम है। ये कोई नहीं जरा मेरे नाल मैनू महसूस हो रहा तुहानू ही होवे तुहानू होर तरीके नाल हो रहा ठीक है। सो इस तरीके नाल असी महसूस बिल्कुल करने हैं लेकिन ये बिल्कुल इस दे पत्थर उत्ते लीक नहीं के बस एहसासात जज्बात नाली नो कई बैठे होंदे ने पवित्र आत्मा खामोशी उन्हां दे अंदर ही काम कर रहा होंदा। सो अनलिमिटेड गॉड है ला महदूद खुदा दे ला महदूद तरीके लेकिन जिथे भी उहदी हजूरी आती है हैं मसा आंदा है उत्थे डिफरेंट तरीके नाल पाक रूह एक ही है और वो सारयां नूं ब्लैस कर रहा होंदा लेकिन उहदा मैसेज एक ही होंदा है ना बिल्कुल। हाँ जी अपने जो मतलब कि जदों तुसीं दस्या बहुत वधिया तरीके दे नाल ते हाँ जी जिस तरह पाक रूह जदों मैं समझदा जी जदों वो आउंदा उहदी महसूस जिस तरह महसूस कर सिर्फ महसूस होण दी फीलिंग दी गल कर रहे हैगे ना किस तरह महसूस होंदा है ਅਤੇ ਜੇ ਮਹਿਸੂਸ ਕਰਨਾ ਦੇਖਣਾ ਹੋਵੇ ਉਹ ਆਪਣੇ ਇਸ ਤਰ੍ਹਾਂ ਮਹਿਸੂਸ ਹੁੰਦਾ ਰੱਬ ਦੇ ਪਿਆਰ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਹਾਂਜੀ ਅਤੇ ਉਹ ਅਸੀਂ ਰੱਬ ਦੇ ਬਹੁਤ ਜ਼ਿਆਦਾ ਨੇੜੇ ਬਿਲਕੁਲ ਆ ਗਏ ਹੈਗੇ ਹਾਂ ਅਤੇ ਫਿਰ ਕਈ ਲੋਕ ਉਹ ਰੋ ਕੇ ਅੰਦਰੋਂ ਪਿਆਰ ਦਾ ਰੋਣਾ ਹੁੰਦਾ ਕਈ ਲੋਕ ਆਨੰਦ ਦੇ ਵਿੱਚ ਉਹ ਜਿਹਾ ਤੁਸੀਂ ਕਹਿੰਦੇ ਹੋ ਨਾਰੇ ਲਗਾਉਂਦੇ ਆ ਹਾਂਜੀ ਅਤੇ ਕਈ ਲੋਕ ਉਹਦੀ ਤਾਰੀਫ ਬੜਿਆਈ ਆਨੰਦ ਦੇ ਵਿੱਚ ਮਤਲਬ ਆਪਾਂ ਉਹਨੂੰ ਰੱਬ ਦੇ ਬਹੁਤ ਨਜ਼ਦੀਕ ਮਹਿਸੂਸ ਕਰਦੇ ਹੈਗੇ ਹਾਂ ਅਤੇ ਜਦੋਂ ਮੇਰੇ ਨਾਲ ਪਹਿਲਾਂ ਜਦੋਂ ਪਵਿੱਤਰ ਆਤਮਾ ਮੈਨੂੰ ਸਭ ਤੋਂ ਪਹਿਲਾਂ ਜਦੋਂ ਮਿਲਿਆ ਜਦੋਂ ਆਇਆ ਮੈਨੂੰ ਉਦੋਂ ਮੈਂ ਰੱਬ ਅੱਗੇ ਰੋਵਾਂ ਰੱਬਾ ਮੈਂ ਪਾਪੀ ਹਾਂ ਮੈਂ ਪਾਪੀ ਹਾਂ ਮੈਂ ਪਾਪੀ ਹਾਂ ਇੱਦਾਂ ਲੱਗਿਆ ਮੈਂ ਤਾਂ ਦੁਨੀਆਂ ਦਾ ਸਭ ਤੋਂ ਪਾਪੀ ਇਨਸਾਨ ਨਹੀਂ ਹਾਂ ਹਾਂਜੀ ਪਹਿਲਾਂ ਮੈਂ ਸਮਝਦਾ ਸੀ ਮੈਂ ਤਾਂ ਬੜਾ ਚੰਗਾ ਭਲਾ ਹਾਂ ਹਾਂਜੀ ਅਤੇ ਉਹ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਹਾਂਜੀ ਅਤੇ ਉਦੋਂ ਫਿਰ ਮੈਂ ਯਿਸੂ ਨੂੰ ਮਤਲਬ ਮੈਨੂੰ ਮਤਲਬ ਬਾਰੇ ਦਾ ਨਾ ਪਤਾ ਲੱਗਾ ਹੈ ਨਾ ਸਾਰਾ ਅਤੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਗਾ ਹੁਣ ਮੈਨੂੰ ਯਾਦ ਆ ਗਿਆ ਜੀ ਯਿਸੂ ਮਸੀਹ ਉਹ ਕਹਿੰਦੇ ਪਵਿੱਤਰ ਆਤਮਾ ਦੇ ਨਾਲ ਭਰ ਕੇ ਜਦੋਂ ਚੇਲੇ ਵਾਪਸ ਆਏ ਨਾ ਅਤੇ ਕਹਿੰਦਾ ਪਵਿੱਤਰ ਆਤਮਾ ਦੇ ਨਾਲ ਭਰ ਕੇ ਉਹਨਾਂ ਪਰਮੇਸ਼ੁਰ ਦੀ ਵਡਿਆਈ ਵਡਿਆਈ ਵੱਖਰੇ 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 ਜਿਸ ਤਰ੍ਹਾਂ ਅਸੀਂ ਦੱਸਿਆ ਕਿ ਪਹਿਲੀ ਮਨਿਸਟਰੀ ਪਵਿੱਤਰ ਆਤਮਾ ਦੀ ਹੈ ਨਾ ਉਹ ਜਦੋਂ ਇਹ ਹੀ ਹੈ ਉਹਦੀ ਮਨਿਸਟਰੀ ਇਹ ਹੀ ਹੈ ਕਿ ਲੋਕਾਂ ਨੂੰ ਅਹਿਸਾਸ ਦਿਲਾਉਣਾ ਜਦੋਂ ਉਹ ਅਹਿਸਾਸ ਮਿਲਦਾ ਹੈ ਫਿਰ ਉਹ ਲੋਕ ਰੋਂਦੇ ਵੀ ਨੇ ਖੁਸ਼ ਵੀ ਹੁੰਦੇ ਔਰ ਫਿਰ ਉਹ ਧਾਰਮਿਕਤਾ ਦੀ
ਇਹ ਉਹਦੀ ਮਿਨਿਸਟਰੀ ਹੈਗੀ ਹੈ। ਹਾਂਜੀ, ਔਰ ਉਹਦਾ ਉਹ ਸਾਨੂੰ ਨਿਆਂ ਦੇ ਬਾਰੇ ਵੀ ਦੱਸਦਾ ਰਹਿੰਦਾ ਹੈ। ਹਾਂਜੀ, ਔਰ ਉਹ ਸਾਨੂੰ ਯਿਸੂ ਦੇ ਨੇੜੇ ਲੈ ਕੇ ਜਾਂਦਾ ਹੈ। ਐਗਜੈਕਟਲੀ। ਹਾਂਜੀ, ਔਰ ਕਈ ਵਾਰੀ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਜੀ, ਜਦੋਂ ਮਹਿਸੂਸ ਕਰਨ ਦੀ ਗੱਲ ਕਰਦੇ, ਕਈ ਵਾਰੀ ਉਹ ਰੋਂਗਟੇ ਵੀ ਖੜੇ ਹੋ ਜਾਂਦੇ ਹੈ। ਹਾਂਜੀ, ਤੁਸੀਂ ਫੀਲ ਕਰਦੇ ਹੋ, ਫੀਲ ਕਰਦੇ ਹੈਗੇ, ਬਾਲ ਆਹ ਖੜੇ ਹੋ ਜਾਂਦੇ ਆ। ਸੋ ਪੋਜ਼ਿਟਿਵ ਤੌਰ 'ਤੇ ਤਾਂ ਸਾਨੂੰ ਅਸਲ ਵਿੱਚ ਪ੍ਰਭੂ ਯਿਸੂ ਪਵਿੱਤਰ ਆਤਮਾ ਸਾਨੂੰ ਰੈਵਲੇਸ਼ਨ ਖੁੱਲਦਾ ਪ੍ਰਭੂ ਯਿਸੂ ਮਸੀਹ ਦਾ ਅਤੇ ਪਿਤਾ ਦਾ। ਪਹਿਲਾਂ ਕਰੰਥੀਆਂ 2 ਦੀ ਜਿਹੜੀ 10 ਤੋਂ ਹੈ ਨਾ, ਕਿ ਪਵਿੱਤਰ ਆਤਮਾ ਹੀ ਸਾਨੂੰ ਪ੍ਰਭੂ ਯਿਸੂ ਅਤੇ ਜਿਹੜਾ ਸਾਡਾ ਵੱਡਾ ਭਰਾ ਹੈ ਅਤੇ ਪਿਤਾ ਜਿਹੜਾ ਹੈਗਾ, ਜਿਹੜਾ ਸਾਡਾ ਪਰਮੇਸ਼ਵਰ ਹੈ, ਉਹਦੀ ਡੂੰਘਾਈ 'ਚ ਲੈ ਜਾਂਦਾ। ਜਦੋਂ ਉਹਦੀ ਹਜ਼ੂਰੀ 'ਚ ਜਾਂਦਾ, ਯਸਾਇਆ 6 ਪਾਰਟ 'ਚ ਕੀ ਹੋਇਆ, ਜਦੋਂ ਯਸਾਇਆ ਨੇ ਦਰਸ਼ਨ ਦੇ ਵਿੱਚ ਪਰਮੇਸ਼ਵਰ ਦਾ ਉਹ ਥਰੋਨ ਦੇਖਿਆ, ਸੰਘਾਸ਼ਨ ਦੇਖਿਆ, ਅਤੇ ਉਹ ਪਵਿੱਤਰ ਆਤਮਾ ਨੇ ਉਹਦਾ ਵਿਜ਼ਨ ਹੀ ਦਿਖਾਇਆ। ਜਦੋਂ ਵਿਜ਼ਨ ਹੀ ਦੇਖ ਰਿਹਾ ਤਾਂ ਉਹ ਹੋ ਕੀ ਰਿਹਾ, ਉਹ ਇਹ ਹੋ ਰਿਹਾ ਕਿ ਉਹ ਤਾਂ ਨਬੀ ਹੈਗਾ ਸੀ, ਹੈ ਮਤਲਬ, ਔਰ ਮਸਿਆਨਿਕ ਹੈ, ਬਹੁਤ ਸਾਰੀਆਂ ਉਹਦੀ ਮਿਸਿਜ਼ ਵੀ ਜਿਹੜੀ ਸੀ ਉਹ ਨਬੀਆ ਸੀ, ਲੇਕਿਨ ਜਦੋਂ ਪਹਿਲੇ ਵੀ ਤਾਂ ਖੁਦਾ ਬੋਲਦਾ ਰਿਹਾ, ਲੇਕਿਨ ਜਦੋਂ ਉਹਦੇ ਹਜ਼ੂਰ ਗਿਆ ਤਾਂ ਕਹਿੰਦਾ ਹਾਏ ਮੈਂ ਕਿੰਨਾ ਕਮਬਖਤ ਹਾਂ, ਮੇਰੇ ਬੁੱਲ ਹੋਂਠ ਵੀ ਜਿਹੜੇ ਨੇ ਇਹ ਪਵਿੱਤਰ ਨਹੀਂ ਨੇ। ਸੋ ਖੁਦਾ ਦੀ ਹਜ਼ੂਰੀ ਜਾਂ ਜਦੋਂ ਜਦੋਂ ਉਹ ਕੀ ਕਹਿੰਦੇ ਨੇ ਸਾਡੇ ਆਹਮਣੇ ਸਾਹਮਣੇ ਹੁੰਦਾ ਜਾਂ ਇਨਕਾਊਂਟਰ ਹੁੰਦਾ, ਪਹਿਲੇ ਸਾਡੇ ਵੀਕ ਪੁਆਇੰਟ ਹੋਲੀਨੈਸ ਦਾ ਵੀਕ ਪੁਆਇੰਟ ਸਾਹਮਣੇ ਆਉਂਦੇ ਨੇ, ਸਾਡੀ ਸਟਰੈਂਥ ਵੀ ਸਾਹਮਣੇ ਆਉਂਦੀ ਹੈ, ਸ਼ਾਬਾਸ਼। ਅਤੇ ਇਹ ਹੀ ਸਾਰੇ ਨਬੀਆਂ ਨਾਲ ਵੀ ਇਹੋ ਹੋਇਆ। ਯੂਹੰਨਾ ਜਿਹਨੇ ਪ੍ਰਕਾਸ਼ ਦੀ ਪੋਥੀ ਲਿਖੀ ਹੈ, ਇਹ ਹੀ ਹੈ। ਸੋ ਇਹ ਅਹਿਸਾਸ ਹੁੰਦਾ। ਹਾਂਜੀ, ਅਹਿਸਾਸ। ਲੇਕਿਨ ਦੇਖੋ ਨਾ, ਇਹ ਇਸ ਲਈ ਹੁਣ ਇੱਥੇ ਤਾਂ ਦੂਸਰਾ ਗ੍ਰੰਥੀਆਂ ਹਾਂਜੀ ਉਹਦੀ ਤੁਸੀਂ ਕਰ ਲਓ, ਦੂਸਰਾ ਗ੍ਰੰਥੀਆਂ ਦੇ ਵਿੱਚ ਲਿਖਿਆ ਨਾ ਕਿ ਉਹ ਜਿਹੜਾ ਸ਼ੈਤਾਨ ਜਿਹੜਾ ਉਹ ਰੂਹਾਨੀ ਫਰਿਸ਼ਤੇ ਦਾ ਵੀ ਰੂਪ ਧਾਰ ਲੈਂਦਾ ਹੈ ਨਾ। ਹਾਂਜੀ, 13 ਆਏ ਤੇ ਸ਼ਾਇਦ ਹਾਲੇ ਵੀ ਆ, ਦੇਖ ਲਓ ਉਹਨੂੰ ਜੀ ਜੀ। ਸੋ ਲਿਹਾਜ਼ਾ ਇਹ ਵੀ ਦੇਖਣਾ ਹੈ ਨਾ, ਕਿਧਰ ਉਹ ਵੀ ਮਹਿਸੂਸ ਗਲਤੀ ਨਾਲ ਮਹਿਸੂਸ ਨਾ ਕਰਾ ਦੇ, ਹੈ ਨਾ। ਹਾਂ, ਸੋ ਇਸ ਲਈ ਇਹ ਸਾਰੀ ਗੱਲ ਜਿਹੜੀ ਹੈ ਨਾ। ਹਾਂਜੀ, 3 ਦੀ ਹੈਂਜੀ ਕੀ ਸੀ ਦੂਸਰਾ ਗ੍ਰੰਥੀਆਂ 11 ਦੀ ਸੀ ਗੱਲ, ਦੂਸਰਾ ਗ੍ਰੰਥੀਆਂ ਹਾਲੇ 11:14 ਆਏ ਤੇ, ਕਿ ਇਹ ਵੀ ਇੱਕ ਧਿਆਨ ਰੱਖਣਾ ਨਾ ਕਿ ਸ਼ੈਤਾਨ ਵੀ ਜਿਹੜਾ ਨਾ ਉਹ ਬਾਜ਼ਕਾਤ ਬੋਲ ਵੀ ਜਾਂਦਾ, ਬਾਜ਼ਕਾਤ ਨੁਨਾਰੀ ਫਰਿਸ਼ਤਾ ਬਣ ਕੇ ਵੀ ਧੋਖਾ ਦਿੰਦਾ। ਇਸ ਲਈ ਬਹੁਤ ਜ਼ਰੂਰੀ ਹੈ ਹਰ ਇਮਾਨਦਾਰ ਨੂੰ ਕਿ ਪਵਿੱਤਰ ਆਤਮਾ ਦੇ ਜਿਹੜੇ ਦਾਨ ਨੇ ਜਾਂ ਵਰਦਾਨ ਨੇ, ਗਿਫਟਸ ਨੇ, ਨਿਮਤਾਂ ਵਿੱਚ ਪਹਿਲਾ ਗ੍ਰੰਥੀਆਂ 12 ਦੀ ਜਿਹੜੀ ਹੈ ਨਾ 8 ਤੋਂ ਲੈ ਕੇ 10 ਦੇ ਵਿੱਚ 9 ਵਰਦਾਨ ਨੇ, ਹੈ ਨਾ, ਜਿਨ੍ਹਾਂ 'ਚ ਇੱਕ ਬਹੁਤ ਜ਼ਰੂਰੀ ਹੈ, ਔਰ ਉਹ ਇਹ ਵੇਖ ਕੇ ਰੂਹਾਂ ਦਾ ਪਰਖਣੇ ਦੀ ਕਿ ਉਹ ਇਹ ਸਾਨੂੰ ਪਵਿੱਤਰ ਆਤਮਾ ਮਦਦ ਕਰਦਾ ਹੈ ਕਿ ਅਸੀਂ ਪਛਾਣ ਸਕੀਏ ਨਾ ਕਿ ਇਹ ਪਵਿੱਤਰ ਆਤਮਾ ਦੀ ਗੱਲ ਹਜ਼ੂਰੀ ਦੀ ਹੋ ਰਹੀ ਹੈ, ਹੈ ਨਾ। ਅਤੇ ਹਜ਼ੂਰੀ ਜਿਹੜੀ ਸੀ ਨਾ, ਦੇਖੋ ਇਹ ਸ਼ੈਤਾਨ ਵੀ ਜਿਹੜਾ ਸੀ ਨਾ ਪਹਿਲੇ ਪਰਮੇਸ਼ਵਰ ਦੇ ਸੰਘਾਸ਼ਣ ਦੇ ਸਾਹਮਣੇ ਵਰਸ਼ਿਪ ਕਰਦਾ ਸੀ। ਹਿਸਕੇਲ ਦੇ ਵਿੱਚ, ਹਿਸਕੇਲ 28 ਦੇ ਵਿੱਚ ਅਗਰ ਤੁਸੀਂ ਟਾਈਮ ਦੇਖ ਲਓ, ਉੱਥੇ ਇਹ ਕਿ 11 ਤੋਂ ਲੈ ਕੇ ਹੈ ਨਾ ਅਤੇ 19 ਆਇਤ 18 ਆਇਤ ਦੇ ਵਿੱਚ ਉਹ ਵੀ ਵਰਸ਼ਿਪ ਕਰਦਾ ਸੀ, ਉਹ ਵੀ ਮਸਾਂ ਆਉਂਦਾ ਸੀ, ਸਾਇਆ ਯਹੋਵਾਹ ਸੀ ਉਹ ਵੀ। ਲੇਕਿਨ ਹੁਣ ਜਿਹੜਾ ਹੈ ਉਹਦੇ ਉਹ ਚੀਜ਼ ਨਹੀਂ ਹੈ। ਸੋ ਧੋਖਾ ਹੋ ਸਕਦਾ ਹੈਗਾ, ਲੇਕਿਨ
महसूस भी करा रहा हुंदा जड़ा शैतान। सो परखने की रूह जी है डिसरनिंग ऑफ स्पिरिट रूहां दा इम्तियाज ही सानू पवित्र आत्मा जड़ा है वह सानू गाइड करता रहता है जे असी उन्हूं अपनी जिंदगी का कंट्रोल दईए। जे असी पाप विच होने आ ते वह रहिंदा साढ़े अंदर ही है लेकिन वह कंट्रोल नहीं लैंदा साड़ी मदद नहीं कर पाता। देखो ना वो की सी जड़ा जाजक सी ते सैमुअल सी काहिन सी ना वो कड़ा एली का वो खुदा ने आवाज दिती सैमुअल नू सैमुअल वो ते उदी मां ने रब नू दे दिता के उदी खिदमत आवाज आई एक आई परमेश्वर दी आवाज दूसरी आई वो जाजक ने कहा तेनू रब ला रहे ठीक है। सो वो फिर कन्फर्मेशन होंदी है ठीक है। सो इसलिए जो खुशी भी आती है आनंद आता है क्योंकि प्रभु येसु जड़ा है वो प्रिंस ऑफ पीस है की है उन्होंने कह लो शांति का राजकुमार। सो ये सारे इकट्ठे काम करते हैं और बंदे नू स्ट्रैस जाती रहती है डिप्रैशन जाती रहती है ये सारे कुछ सानू ओ जी यार बड़े ही हल्के जो हो के आ गए बड़ा बोझ सी। सो डिफरेंट तरीके ने लेकिन ये ध्यान रखना है कि किसी नू वेख के या इमोशनली एस ये कोई ये पवित्र आत्मा ये ते बेस नहीं करता यानी ये ते नहीं बुनियाद ठीक है। कि अपना मैं अपने को भी सवाल कर देना जी ते जड़े इमोशंस जड़े अपा खुश होने या कुछ भी इमोशंस ना अपा उची उची उदी बड़ाई करते हैं अंदर फीलिंग्स कुछ होंगी हैगी कई कि अपने शैतान भी किसी तरीके मिसगाइड कर सकता वह शैतान वालों भी हो सकता है। बिल्कुल शैतान जड़ा हैगा है, वो धोखेबाज धोखेबाजा का की काम हुंदा है वो असल की नकल करते हैं। सो जड़े काम इसलिए बहुत जरूरी है देखो ना माफ करना होर रिलीजनस विच भी जो उन्होंने जो भी वर्शिप होंगी कुछ होंगी है क्योंकि रूह है शैतान जड़ा है वो एक शख्सियत भी है एक खाली आसे उन्हें रूह नहीं इस इज अ डिवाइन परसन ऑल्सो परसन नॉट डिवाइन परसन सीगा लेकिन वो एक शख्सियत है शख्सियत लफज ठीक है एक परसन हैगा ये भी एक बड़ा पावरफुल है। सो एनीवे बिल्कुल गल थोड़ी ठीक है नूरानी फरिश्ता बन के आ जाता है। सो ये बड़ा सानू संभल के चलना धोखा देंदा ओदे बड़े ओदे काम किधरे होण ते वह भी बड़े बयान किए जा सकते ने हैं जड़े देखो ना मूसा की मिसाल लै लो सर खुदा ने कहा जा उत्थे फिरौन कोल उन्हें कहा कि चिन्ह देंगा उन्हें कहा यार तेरा आसा वे रॉड है तेरे हाथे च सोठा जहा इन्हू ओदे सामने सुट दें ठीक है ना ते गल ते शैतान दी हो रही है टापक तो थोड़ा जा हुण देखो वो फिरौन दे भी जादूगर ने सब बना दिते एक्चुअली ये वे कि फीलिंग आती है माफ करना कि अगर असी पाक रूह दे नू अपना कंट्रोल नहीं देंदे किसे टाइम कोई धोखा हो सकता है इत्थे तक कि गैर भाषा भी शैतानी गैर भाषा भी लोग बोलते रहते हैं वो समझते हैं सो वी हैव टू बी केयरफुल इसलिए ये बड़ा सेंसिटिव है। हमेशा ये याद रखो कि खुदा अपने कलाम दे विच ते अपने बंदियां दे थ्रू पवित्र आत्मा हर इंसान दे अंदर है उत्थे ही उन्हूं दस दिंदा है एक फीलिंग आती है कि उहदी सुननी चाहिए ठीक है। हाँ जी ठीक है एक गल है कि एक हुक्म हैगा ठीक है। सो 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 बड़ा संभल के बिल्कुल हाँ ठीक है आप इतने फिनिश करते हैं जी। थैंक यू परमेश्वर पिता आपका शुक्र करते हैं जो कुछ भी आप पवित्र आत्मा द्वारा बोलिया गया सुनिया गया समझिया गया साढ़े अंदर वस जाए परमेश्वर पिता
और आप जी की मर्जी पूरी होवे, जो भी इस नूं सुणे वह बरकत पावे, साढ़े नाल गलबात करे, हर एक दे नाल गलबात करे। परमेश्वर पिता, और ये सब कुछ मांगते हाँ आप दे इकलौते पुत्र साढ़े मुक्ति दाता यीशु मसीह दे नाम दे विच। आमीन।